ਬੰਦੇ ਨੂੰ ਟੁੱਕ ਜਾਵੇ ਅਤੇ ਉੱਦਾਂ ਹੀ ਜਿੱਦਾਂ ਅੱਧੀ ਰਾਤ ਨੂੰ ਪੁਲਿਸ ਅਤੇ ਸਰਾਤ ਨੇ ਪਰਮੇਸ਼ੁਰ ਅੱਗੇ ਪ੍ਰੇ ਕੀਤੀ ਸੀਗੀ ਕਿ ਪਿਤਾ ਪ੍ਰਭੂ ਸਾਨੂੰ ਬਚਾ ਕੇ ਉੱਦਾਂ ਹੀ ਪਿਤਾ ਪ੍ਰਭੂ ਨੇ ਉਹਨਾਂ ਦੀ ਪ੍ਰੇ ਨੂੰ ਸੁਣ ਕੇ ਉਹਨਾਂ ਦੀ ਕਾਰ ਦੇ ਬੰਧਨ ਤੋੜੇ ਉਹਨਾਂ ਦੀ ਜੇਲ੍ਹ ਦੇ ਦੁਆਰਾ ਕਰਾਈਆਂ ਉਹੀ ਉਹੀ ਸਮਰੱਥ ਪਰਮੇਸ਼ੁਰ ਸਾਨੂੰ ਆਜ਼ਾਦ ਕਰਨ ਦੀ ਸਮਰੱਥ ਰੱਖਦਾ ਤੁਸੀਂ ਸਾਰਿਆਂ ਨੇ ਸਮਰੱਥੀ ਪਰਮੇਸ਼ੁਰ ਅੱਗੇ ਪ੍ਰੇ ਕਰਨੀ ਕਿ ਸਾਡੀ ਬਿਮਾਰੀ ਤੋਂ ਸਾਨੂੰ ਆਜ਼ਾਦ ਕਰੇ ਸਾਰਿਆਂ ਨੇ ਬਸ ਆਹੀ ਪ੍ਰੇ ਕਰਨੀ ਹੈ ਹਾਲੇਲੂਯਾ ਧੰਨਵਾਦ ਸਾਰਿਆਂ ਨੂੰ ਇੱਦਾਂ ਹੀ ਤੁਸੀਂ ਸਾਰਿਆਂ ਨੇ ਪ੍ਰੇ ਕਰਨੀ ਹੈ ਬਸ ਜੇ ਆਪਾਂ ਨਹੀਂ ਕਰੀ ਜਿੰਨੇ ਲੋਕ ਕਰੋਨਾ ਵਾਇਰਸ 'ਚ ਹੈਗੇ ਮੈਂ ਪਿਤਾ ਪ੍ਰਭੂ ਦੇ ਨਾਮ 'ਚ ਕਹਿੰਦੀ ਹਾਂ ਠੀਕ ਹੋ ਹੁਣ ਹਾਲੇਲੂਯਾ ਥੈਂਕ ਯੂ ਜੀਸਸ ਤੁਸੀਂ ਸਾਨੂੰ ਆਜ਼ਾਦ ਕਰਿਆ ਉਹ ਬਿਮਾਰੀ ਤੋਂ ਜਿਹੜੀ ਬਿਮਾਰੀ ਸਾਨੂੰ ਆਜ਼ਾਦ ਵੀ ਨਹੀਂ ਕਰਨਾ ਚਾਹੁੰਦੀ ਸੀ ਜਿਹੜੀ ਸਾਨੂੰ ਮਾਰਨਾ ਚਾਹੁੰਦੀ ਸੀ ਬਿਮਾਰੀ ਉਹ ਬਿਮਾਰੀ ਤੁਸੀਂ ਸਾਨੂੰ ਆਜ਼ਾਦ ਕੀਤਾ ਸਮਰੱਥ ਪਰਮੇਸ਼ੁਰ ਹਾਲੇਲੂਯਾ ਤੁਸੀਂ ਸਾਰਿਆਂ ਨੇ ਬਸ ਸੰਭਾਲ ਕੇ ਰਹਿਣਾ ਠੀਕ ਹੈ ਜੈਮਸੀ ਜੀ ਸਾਰਿਆਂ ਨੂੰ